ਪ੍ਰਭਜੋਤ ਸਿੰਘ ਜੀ ਸਰ ਇੱਥੇ ਦੀ ਸਾਡੀ ਭੈਣ ਲੀਲਾ ਦੇਵੀ ਸਰ ਇੱਥੇ ਲੈਂਡ ਸਰਪੰਚ ਸਾਡੇ ਜਿੰਨੇ ਵੀ ਸਰਪੰਚ ਦੇ ਸਾਰੇ ਸਮਾਨਿਤ ਇਸ ਵਾਸਤੇ ਸ਼ਾਰਟ ਕਰ ਗੱਲ ਕਰਨਾ ਕਿਉਂਕਿ ਸਮੇਂ ਮੈਂ ਦੇਖੇ ਕਰਨਾ ਬੜਾ ਜ਼ਿਆਦਾ ਹੋਇਆ ਮਾਤਾ ਭੈਣਾਂ ਬੈਠੀ ਦੇ ਸਾਰੇ ਘਰ ਦੇ ਰੋਟੀ ਬਣਾਉਣੀ ਸਾਰੀ ਗੱਲ ਸਮਾਨਿਤ ਪੰਚ ਤੇ ਇੱਥੇ ਆਏ ਦੇ ਸਾਰੇ ਮੇਰੇ ਬਜ਼ੁਰਗੋ ਮੇਰੇ ਯੁਵਾ ਸਾਥੀਓ ਮਾਤਾ ਭੈਣੋ ਤੁਹਾਡਾ ਸਾਰਿਆਂ ਦਾ ਹਾਰਦਿਕ ਅਭਿਨੰਦਨ ਅੱਜ ਅੱਗੇ ਪਿੱਛੇ ਖੜੇ ਕਰਦੇ ਹੋਣਾ ਮੈਂ ਤੁਹਾਡੇ ਸਮੱਸੇ ਗੱਲ ਕਰਨਾ ਚਾਹੁੰਦਾ ਕਿ ਮੇਰੇ ਕੋਲ ਪੂਰੇ ਵਕਤਾਂ ਨੇ ਆਪਣੀ ਸਾਰੀ ਗੱਲ ਰੱਖੀ ਹੈ ਕਿ ਸਾਡੇ ਇੱਥੇ ਵਿਕਾਸ ਦੇ ਰੱਥ ਦੀ ਕਿਸ ਤਰੀਕੇ ਕਰਨਾ ਗਤੀ ਦੇਣੀ ਸਾਡੇ ਇੱਥੇ ਜਿਹੜੀਆਂ ਰੋਡ ਨੇ ਬਣਾਉਣੇ ਲਾਇਕ ਉਹਦੇ ਪਾਸੇ ਅਸੀਂ ਕੀ ਕਰਨਾ ਔਰ ਇਸੇ ਤਰੀਕੇ ਕਰਨਾ ਕਈ ਸਾਰੇ ਐਸੇ ਇਸ਼ੂਜ਼ ਹਨ ਕਈ ਐਸੇ ਕੰਮ ਹਨ ਜ਼ਿੰਦਗੀਆਂ ਲੈ ਕਰਨੇ ਦੀ ਜ਼ਰੂਰਤ ਹੈ ਲੇਕਿਨ ਮੈਂ ਤੁਹਾਡੇ ਅੱਗੇ ਹੱਥ ਜੋੜੀਏ ਨਿਵੇਦਨ ਕਰਨਾ ਕਿ ਇਸ ਪੰਚਾਇਤ ਦੇ ਵਿੱਚ ਕਾਫੀ ਡਿਵੈਲਪਮੈਂਟ ਪਹਿਲੇ ਵੀ ਹੋਈ ਸੀ ਲੇਕਿਨ ਅੱਜ ਚੁਣਾਵ ਦਾ ਸਮੇਂ ਹੈ ਤੁਹਾਡੇ ਕੋਲ ਕਈ ਲੋਕੀ ਆਉਣਾ ਸਾਰੇ ਵੱਡੀਆਂ ਵੱਡੀਆਂ ਗੱਲਾਂ ਵੀ ਕਰਨੀਆਂ ਸਾਰੇ ਤੁਸੀਂ ਵੱਡੇ ਵੱਡੇ ਵਾਅਦੇ ਵੀ ਕਰਨੇ ਤੁਹਾਡੇ ਕੋਲੇ ਜਾਤ ਪਾਤ ਦੀ ਗੱਲ ਵੀ ਕਰਨੀ ਤੁਹਾਨੂੰ ਬੜੇ ਬੜੇ ਪ੍ਰਲੋਭਨ ਵੀ ਦੇਣੇ ਲੇਕਿਨ ਤੁਸੀਂ ਕਿਸੇ ਦੇ ਚਾਂਸਿਸ ਵਿੱਚ ਨਹੀਂ ਹੋ ਉਹਦਾ ਕਾਰਨ ਹੈ ਕਿ ਜਿਸ ਤਰੀਕੇ ਕਰਨੇ ਇੱਥੇ ਸਾਰੇ ਲੋਕੇ ਇੱਕ ਮਨ ਬਣਾਈ ਲੈਂਦਾ ਕਿ ਜਿਸ ਤਰੀਕੇ ਕਰਨੇ ਮੈਂ ਇਸ ਲਈ ਰਾਤੀ ਸਾਰੇ ਲੋਕਾਂ ਕੀ ਦਿਖੇ ਕਰਨਾ ਸਾਡੇ ਇੱਥੇ ਇੱਕ ਗੁਲਦਸਤਾ ਜਿਹੜਾ ਬਣੇ ਕਰਦਾ ਸਾਰੇ ਧਰਮੇ ਦੇ ਲੋਕ ਸਾਰੇ ਮਜ਼ਹਬ ਦੇ ਲੋਕ ਸਾਰੇ ਜਾਤੀ ਪਾਤ ਕੋਲ ਸਾਰ ਕੋਲ ਉੱਠੀਏ ਸਾਰੇ ਇੱਕ ਜੁਟਤਾ ਕਰਨੇ ਇੱਕ ਗੁਲਦਸਤਾ ਦੇ ਰੂਪ ਚ ਸਾਰੇ ਲੋਕ ਇੱਕੋ ਹੀ ਕਰਦੇ ਕੇਵਲ ਉਧਮਪੁਰ ਪੂਰਬੀ ਵਿਧਾਨ ਸਭਾ ਐਸੀ ਹੋਣੀ ਜਿਹਦੇ ਵਿੱਚ ਸਾਰੇ ਲੋਕ ਇੱਕ ਜੁਟਤਾ ਕਰਨੇ ਏਕਤਾ ਕਰਨੇ ਅੱਜ ਕੰਮ ਕਰੇ ਅੱਜ ਮੇਰਾ ਤੁਹਾਡੇ ਅੱਗੇ ਹੱਥ ਜੋੜੀ ਇੱਕ ਨਿਵੇਦਨ ਹੈ ਕਿ ਪਹਿਲੀ ਤਰੀਕ ਵੋਟ ਪਾਉਣ ਪਹਿਲੀ ਤਰੀਕ ਵੋਟ ਪਾਉਣੇ ਨੇ ਮੈਂ ਕੇਵਲ ਇੱਕ ਸੁਨੇਹਾ ਦੇਣਾ ਕਿ ਤੁਸੀਂ ਲੋਕੇ ਪਹਿਲੇ ਵੀ ਕਈ ਵਾਰ ਵੋਟ ਪਾਇਆ ਅੱਗੇ ਵੀ ਬੜਾ ਵੋਟ ਪਾਉਣੇ ਜਿਹੜੇ ਖਾਸ ਕਰ ਨਿਊ ਵੋਟਰ ਜਿਹਨੇ ਪਹਿਲੀ ਵਾਰ ਵੋਟ ਪਾਉਣਾ ਉਹਦਾ ਮੈਂ ਜਿਸਲੇ ਅਸੀਂ ਇੱਥੇ ਆਏ ਹਾਂ ਰਸਤੇ ਚ ਜਿਸ ਤਰੀਕੇ ਕਰਨੇ ਯੁਵਾ ਅਸੀਂ ਮਿਲੇ ਕਰਦੇ ਜਿਹੜੇ ਫਸਟ ਟਾਈਮ ਵੋਟਰ ਨੇ ਜਿਹਨੇ ਪਹਿਲੀ ਵਾਰ ਵੋਟ ਪਾਉਣਾ ਉਹਦਾ ਜਜ਼ਬਾ ਉਹਦਾ ਉਤਸ਼ਾਹ ਮਾਨੋ ਇੰਨਾ ਲੱਗੇ ਕਰਦਾ ਕਿ ਉਹਨੇ ਪਹਿਲੀ ਵਾਰ ਵੋਟ ਪਾਉਣਾ ਲੇਕਿਨ ਇਸ ਉਤਸ਼ਾਹ ਕਰਨੇ ਪਾਉਣਾ ਕਿ ਆਪਣੇ ਕੰਨੇ ਕੰਨੇ ਲਗਭਗ 20-20 ਵੋਟ ਉਹਨੇ ਆਪਣੇ ਕੰਨੇ ਹੋਰ ਪਾਉਣੇ ਵਾਸਤੇ ਜਜ਼ਬਾ ਦੱਸੇ ਕਰਦੇ ਲੇਕਿਨ ਸਾਡੇ ਕੰਨੇ ਪਾਰਟੀ ਨੇ ਬੜਾ ਅਨਿਆਏ ਕੀਤਾ ਤੁਸੀਂ ਪਤਾ ਲੇਕਿਨ ਅਸੀਂ ਪਾਰਟੀ ਕੀ ਦੋਸ਼ ਦੇ ਚੋ ਵੀ ਗਲਤ ਕਿਉਂਕਿ ਪਾਰਟੀ ਦੇ ਵਿੱਚ ਕੁਛ ਚੰਦ ਨੇਤਾ ਐਸੇ ਹੈ ਜਿਹੜੇ ਭ੍ਰਿਸ਼ਟਾਚਾਰੀ ਲੋਕ ਹਨ ਜਿਹੜੇ ਕੇਵਲ ਆਪਣੇ ਮਫਾਜ ਵਾਸਤੇ ਪਾਰਟੀ ਦਾ ਇਸਤੇਮਾਲ ਕਰਦੇ ਹਨ ਉਹਨੇ ਲੋਕੇ ਕੁਦੇ ਨਾ ਕੁਦੇ ਅਸਲੀ ਨਕਲੀ ਦੇ ਤੌਰ ਪਰ ਸਾਡੇ ਕੰਨੇ ਵਿਸ਼ਵਾਸਘਾਤ ਕੀਤਾ ਸਾਡੀ ਪੋਲੀਟੀਕਲ ਹੱਤਿਆ ਕੀਤੀ ਲੇਕਿਨ ਤੁਸੀਂ ਸਾਰੇ ਲੋਕੇ ਸਾਰੇ ਮਾਤਾਏ ਭੈਣੇ ਸਾਰੇ ਬਜ਼ੁਰਗ ਯੁਵਾ ਸਾਥੀ ਹੈ ਤੁਸੀਂ ਸਾਰੇ ਲੋਕੇ ਅਸੀਂ ਪੋਲੀਟੀਕਲ ਤੌਰ ਪਰ ਨਵਾਂ ਜਨਮ ਦੇਣ ਦਾ ਕੰਮ ਕੀਤਾ ਤੇ ਤੁਸੀਂ ਸਾਰੇ ਕੀਤਾ ਅੱਜ ਮੈਂ ਤੁਹਾਡੇ ਸਮਕਸ਼ ਇਹ ਗੱਲ ਰੱਖਣਾ ਕਿ ਪਿੱਛੇ ਅਸੀਂ ਉਸ ਦਿਨ ਨਾਮਾਂਕਨ ਪੱਤਰ ਜਿਸ ਦਿਨ ਭਰਿਆ ਉਹ ਨਾਮਾਂਕਨ ਪੱਤਰ ਅਸੀਂ ਪਵਨ ਖਜੂਰੀਆ ਨੇ ਨਹੀਂ ਭਰਿਆ
ਤੁਸੀਂ ਸਾਰੇ ਲੋਕੇ ਇੱਕ ਚੁੱਪਤਾ ਕਰਨੇ ਇੱਕ ਫੈਸਲਾ ਕੀਤਾ ਕਿ ਅਸ ਤੁਸ ਆਜ਼ਾਦ ਉਮੀਦਵਾਰ ਦੇ ਤੌਰ ਤੇ ਫਾਰਮ ਭਰੋ, ਅਸੀਂ ਸਾਰੇ ਲੋਕੇ ਤੁਹਾਡੇ ਕੰਨੇ ਸ਼ਾਨਾ ਬਸ਼ਾਨਾ ਚੱਲੀਏ, ਅਸੀਂ ਚੁਣਾਵ ਜਿੱਤਣਾ। ਲੇਕਿਨ ਅੱਜ ਸਨਾਨੇ ਚ ਇੱਕ ਗੱਲ ਕਰਨ ਕਿ ਸਾਡੇ ਬਜ਼ੁਰਗ ਸਾਡੇ ਸੀਤਾ ਰਾਮ ਜੀ ਜਿਹੜੇ ਉਸ ਦਿਨ ਉਸ ਕਾਰਜਕ੍ਰਮ ਚ ਵੀ ਗਏ, ਪੂਰੇ ਜਜ਼ਬੇ ਕੰਨੇ ਗਏ, ਉਹਨੇ ਪੈਰੇ ਚੋਟ ਵੀ ਆਈ, ਜੰਮੂ ਗਏ, ਉਹ ਇੱਥੋਂ ਰੈਫਰ ਕਰੀਏ ਜੰਮੂ ਐਡਮਿਟ ਵੀ ਹੋਏ। ਲੇਕਿਨ ਹੁਣ ਅੱਜ ਉਹਦੇ ਕੰਨੇ ਮੈਂ ਜਿਸਲੇ ਮਿਲਿਆ, ਹੁਣ ਉਹਦਾ ਜਜ਼ਬਾ ਉਹਦਾ ਆਸ਼ੀਰਵਾਦ ਉਸੇ ਤਰੀਕੇ ਕੰਨੇ ਆ ਜਿਵੇਂ ਉਸ ਦਿਨ ਹਾਂ, ਨਹੀਂ ਤੇ ਜਿਸਲੇ ਕਿਸੇ ਲੱਗਿਆ ਤੇ ਬੰਦਾ ਆਖਦਾ ਹੁਣ ਮੈਂ ਕੰਨੇ ਸ਼ਾਇਦ ਨਹੀਂ ਚਲਾ। ਲੇਕਿਨ ਇਹ ਤੁਹਾਡਾ ਜਿਹੜਾ ਪਿਆਰ ਹੈ, ਜਿਹੜਾ ਆਸ਼ੀਰਵਾਦ ਹੈ, ਇਸੀ ਤੁਸੀਂ ਪਹਿਲੀ ਤਰੀਕ ਵੋਟਾਂ ਦੇ ਰੂਪ ਚ ਵੀ ਰੱਖਣਾ, ਕਿਉਂਕਿ ਇੱਥੇ ਕਈ ਲੁਟੇਰੇ ਆਉਣਾ ਤੁਹਾਡੇ ਵੋਟ ਲੁੱਟਣ ਵਾਸਤੇ, ਤੁਹਾਡੇ ਕੰਨੇ ਵਿਸ਼ਵਾਸਘਾਤ ਕਰਨ ਵਾਸਤੇ। ਮੇਰੇ ਕੋਲ ਪਹਿਲੇ ਪੂਰਵ ਵਕਤਾ ਇਹ ਦੱਸਿਆ ਕਿ ਜਿਸ ਜਿਸ ਜਗ੍ਹਾ ਚੋਂ ਪਹਿਲੇ ਲੈ ਰਹੇ ਉੱਥੇ ਲੋਕ ਇੰਨੇ ਦੁਖੀ ਨੇ, ਇੰਨੇ ਤ੍ਰਸਤ ਨੇ, ਇੰਨੀ ਪੀੜਾ ਦਿੱਤੀ ਵੀ ਉਹਨੇ ਲੋਕੀ ਕਿ ਅੱਜ ਲੋਕੇ ਪੂਰਾ ਮਨ ਬਣਾਏ ਦਾ ਕਿ ਅਸੀਂ ਹੁਣ ਇਸ ਵਾਰ ਤੁਸੀਂ ਮਜ਼ਾ ਚਖਾਣਾ ਤੇ ਚਖਾਣਾ। ਲੇਕਿਨ ਅੱਜ ਮੈਂ ਤੁਹਾਡੇ ਅੱਗੇ ਨਿਵੇਦਨ ਕਰਨੇ ਆਏ ਦਾ ਕਿ ਪਹਿਲੀ ਤਰੀਕ ਜਿਹੜੇ ਵੋਟ ਪਾਉਣੇ ਨੇ ਉਹਦਾ ਨਿਸ਼ਾਨ ਜਿਹੜਾ ਹੈ ਉਹ ਅਸੀਂ ਕੱਲ ਮਿਲਣਾ। ਔਰ ਇਹ ਜਿਹੜੀ ਅਨਿਆਂ ਦੀ ਲੜਾਈ ਹੈ, ਇੱਕ ਜੱਗ ਦੇ ਤੌਰ ਤੇ ਆਹੂਤੀ ਪਾਣੇ ਦਾ ਕੰਮ ਕਰਨਾ ਤਾਂ ਤੁਸੀਂ ਜਨਤਾ ਜਨਾਰਦਨ ਨੇ ਕਰਨਾ। ਇਸ ਵਾਸਤੇ ਮੇਰਾ ਤੁਹਾਡੇ ਅੱਗੇ ਨਿਵੇਦਨ ਹੈ, ਹੁਣ ਜ਼ਿਆਦਾ ਲੰਬੀ ਗੱਲ ਨਹੀਂ ਕਰਨੀ, ਟਾਈਮ ਬੜਾ ਜ਼ਿਆਦਾ, ਇੱਕ ਇੱਕ ਵਕਤਾ ਬੜੇ ਜ਼ਿਆਦਾ ਬੋਲੇ, ਕੇਵਲ ਤੁਹਾਡੇ ਅੱਗੇ ਸੁਨੇਹਾ ਲਾਣਾ ਕਿ 28 ਤਰੀਕ ਉਧਮਪੁਰ ਦੇ ਵਿੱਚ ਇੱਕ ਅਸੀਂ ਇੱਕ ਵੱਡੀ ਜਨ ਸਭਾ ਕਰਨੀ ਹੈ, ਵੱਡੀ ਰੈਲੀ ਕਰਨੀ ਹੈ। ਔਰ ਤੁਸੀਂ ਸਾਰੇ ਲੋਕੇ ਜਿੰਨੇ ਸਾਡੀ ਮਾਤਾ ਇੱਥੇ ਨੇ, ਬਜ਼ੁਰਗ ਯੁਵਾ ਸਾਥੀ ਸਾਰੇ ਪੂਰੀ ਇਕਜੁੱਟਤਾ ਕਰਨੇ, ਉਸ ਦਿਨ ਇੱਥੇ ਸਾਡੇ ਪੂਰੇ ਬਾਂਟੇ ਦੇ ਲੋਕ ਉਸ ਰੈਲੀ ਦੇ ਵਿੱਚ ਆਉਣੇ ਚਾਹੀਦੇ, ਕਿਉਂਕਿ ਉਸੇ ਦਿਨ 28 ਤਰੀਕ ਸਾਡਾ ਫੈਸਲਾ ਜਿਹੜਾ ਜੀਤ ਦਾ ਫੈਸਲਾ ਉਸੇ ਦਿਨ ਸਾਡਾ ਹੋਈ ਜਾਂਦਾ। ਤੁਸੀਂ ਸੁਣਿਆ ਚਾਹੀਦੇ ਕਿ ਕਿੰਨੇ ਵਜੇ ਆਉਣਾ, ਕਿਸ ਵੇ ਜਾਣਾ, ਲੇਕਿਨ ਹੁਣ ਤੁਸੀਂ 10 ਦਿਨ ਜਿਹੜੀ ਹੈ ਆਪਣੇ ਪੂਰੇ ਤਰੀਕੇ ਕੰਨੇ ਰਾਖੀ ਕਰਨੀ ਹੈ, ਆਪਣੇ ਰਿਸ਼ਤੇਦਾਰਾਂ ਕੀ ਸੁਨੇਹਾ ਲਾਣਾ ਕਿ ਉਧਮਪੁਰ ਪੂਰਬੀ ਵਿਧਾਨ ਸਭਾ ਦੇ ਵਿੱਚ ਟਿਕਰੀ ਦਾ ਲਈਏ ਤੇ ਖੂਨ ਤੱਕ ਜਿੱਥੇ ਵੀ ਕੁਤੇ ਰਿਸ਼ਤੇਦਾਰ ਆਉਂਦੇ ਨੇ ਉਹਨੇ ਸਾਰੇ ਲੋਕੀ ਸੁਨੇਹਾ ਲਾਣਾ ਕਿ ਤੁਸੀਂ ਇਸ ਨਿਸ਼ਾਨ ਦੇ ਉੱਪਰ ਵੋਟ ਪਾਣਾ ਜਿਹੜਾ ਨਿਸ਼ਾਨ ਕੱਲ ਮਿਲਣਾ। ਲੇਕਿਨ ਹੁਣ ਮੈਂ ਸਾਰੇ ਲੋਕੀ ਦੇ ਅੱਗੇ ਨਿਵੇਦਨ ਕਰਾਂ ਕਿ ਮੈਂ ਹਮੇਸ਼ਾ ਤੁਹਾਡੇ ਚਰਨਾਂ ਦੇ ਵਿੱਚ ਨਤਮਸਤਕ ਹੋਈਏ ਰਹਿਣਾ, ਅਸੀਂ ਤੁਹਾਡੇ ਵਿੱਚ ਕੇ ਰਹਿਣਾ। ਲੇਕਿਨ ਇੱਕ ਗੱਲ ਹੈ ਕਿ ਜਿਹੜੀ ਡਿਵੈਲਪਮੈਂਟ ਦੀ ਗੱਲ ਹੈ, ਜੇ ਸਾਰੀ ਜਿਹੜੀ ਗੱਲ ਅਸੀਂ ਕਰੇ ਕਰਨੇ, ਇਹ ਡਿਵੈਲਪਮੈਂਟ ਦੀ ਗੱਲ ਤੁਸੀਂ ਲੋਕਾਂ ਦੇ ਸਾਰਾ ਫੈਸਲਾ ਕਰਨਾ, ਕਿਹੜਾ ਕੰਮ ਪਹਿਲੇ ਕਰਾਉਣਾ, ਕਿਹੜਾ ਕੰਮ ਬਾਅਦ ਚ ਕਰਾਉਣਾ, ਜੋ ਤੁਸੀਂ ਤੈਅ ਕਰਕੇ ਅਸਾਂ ਉਹਦੇ ਉੱਪਰ ਫੁੱਲ ਚਾੜਨੇ, ਉਸੇ ਕੰਮ ਕੀ ਅੱਗੇ ਕਰਾਉਣਾ। ਅੱਜ ਸਾਡੇ ਇੱਥੇ ਦੇ ਨਾਇਬ ਸਰਪੰਚ, ਸਾਡੀ ਸਰਪੰਚ ਜੀ ਬੜੀ ਮਿਹਨਤ ਕਰੇ ਕਰਦੇ, ਇਹਦੇ ਕੰਨੇ ਸਾਰੇ ਪੰਚ ਲਗਾਤਾਰ ਜਿਸ ਤਰੀਕੇ ਕੰਨੇ ਮਿਹਨਤ ਕਰੇ ਕਰਦੇ, ਮਾਨੋ ਆਉਣ ਵਾਲੇ ਟਾਈਮ ਚ ਅਗਰ ਅਸੀਂ ਤੁਸੀਂ ਵਿਧਾਇਕ ਜਿਸ ਤਰੀਕੇ ਕੰਨੇ ਸਾਹਮਣੇ ਲੱਭੇ ਕਰਦਾ ਬਣੀਏ ਤੇ ਵਿਕਾਸ ਦੇ ਤੌਰ ਉੱਪਰ ਤੁਸੀਂ ਕਿਸੇ ਜਗ੍ਹਾ ਦੇ ਵਿੱਚ ਕੋਈ ਕਮੀ ਨਹੀਂ ਲੱਭੇ, ਇਹ ਮੈਂ ਤੁਸੀਂ ਵਿਸ਼ਵਾਸ ਦਿਲਾਉਣਾ ਚਾਹੁੰਦਾ। ਔਰ ਤੁਹਾਡੀ ਜਿਹੜੀ ਗੱਲ ਮੌਜੂਦਗੀ ਕੰਨੇ ਰੱਖਣੀ, ਵਿਧਾਨ ਸਭਾ ਦੇ ਅੰਦਰ ਰੱਖਣੀ, ਤੁਹਾਡਾ ਗਰਵ ਦੇ ਕੰਨੇ ਸਰ ਉੱਚਾ ਹੋਗ, ਛਾਤੀ ਚੋੜੀ ਹੋਗ ਕਿ ਸਾਡਾ MLA ਕਿਸ ਤਰੀਕੇ ਕੰਨੇ ਸਾਡੇ ਹੱਕ ਵਾਸਤੇ ਉੱਥੇ ਲੜੇ ਕਰਦਾ। ਲੇਕਿਨ ਹੁਣ ਮੈਂ ਅੰਤ ਵਿੱਚ ਇੱਕ ਗੱਲ ਆਖਣਾ,
ਕਰਕੇ ਜਿਹੜੀ ਪਹਿਲੀ ਤਰੀਕ ਦੀ ਗੱਲ ਹੈ ਉਹ ਵੋਟਾਂ ਦੇ ਰੂਪ ਚ ਅਸੀਂ ਸਾਰੇ ਸਵੇਲਾ ਉੱਠੀਏ ਵੋਟ ਪਾਣੇ, ਉਹਦੇ ਬਾਅਦ ਆਪਣੇ ਰਿਸ਼ਤੇਦਾਰੇ ਸਾਰੇ ਕੀ ਫੋਨ ਲਾਉਣਾ ਕਿ ਤੁਸੀਂ ਵੀ ਜਾਈਏ ਵੋਟ ਪਾਓ, ਔਰ ਇਸ ਤਰੀਕੇ ਦਾ ਕੰਮ ਕਰਨਾ ਕਿਉਂਕਿ ਜਿਹੜੇ ਮਾਤਰ 10 ਦਿਨ 12 ਦਿਨ ਕੰਮ ਤੁਸੀਂ ਕਰਨਾ ਵੀ ਸੇਵਕ ਦੇ ਰੂਪ ਚ ਕੰਮ ਅਸੀਂ ਤੁਹਾਡੇ ਵਾਸਤੇ ਕਰਨਾ। ਅੱਜ ਹੁਣ ਜ਼ਿਆਦਾ ਗੱਲ ਕਰਕੇ ਮੀਂਹ ਲੱਗਦਾ ਸਾਰੇ ਲੇਟ ਹੋਆ ਦੇ ਨਿਸ਼ਾਨ ਦਾ ਜਿਹੜਾ ਵੀ ਸਿੰਬਲ ਅਸੀਂ ਕੱਲ ਮਿਲਣਾ ਉਸੀ ਅਸੀਂ ਪਰਸੋਂ ਤੁਹਾਡੇ ਤੱਕ ਪਹੁੰਚਾਣਾ, ਲੇਕਿਨ ਅੱਗੇ ਘਰ ਘਰ ਪਹੁੰਚਾਣਾ, ਮੇਰੀ ਮਾਤਾ ਭੈਣੇ ਪਹੁੰਚਾਣਾ, ਮੇਰੇ ਬਜ਼ੁਰਗੇ ਪਹੁੰਚਾਣਾ, ਮੇਰੇ ਯੁਵਾ ਸਾਥੀਆਂ ਪਹੁੰਚਾਣਾ, ਉਹ ਜ਼ਿੰਮੇਵਾਰੀ ਦਾ ਜਿਹੜਾ ਜ਼ਿੰਮਾ ਉਹ ਤੁਸੀਂ ਲੋਕਾਂ ਲੈਣਾ ਪਊਗਾ, ਕਿਉਂਕਿ ਮਾਤਰ 10 ਦਿਨ ਦਾ ਸਮੇਂ ਹੈ, ਕੋਈ ਲੰਬਾ ਸਮੇਂ ਨਹੀਂ ਹੈ, ਕਿਉਂਕਿ ਨਿਸ਼ਾਨ ਕਿਸੇ ਨਹੀਂ ਪਤਾ ਲੱਗਲ ਤੇ ਕੁਤੇ ਨਾ ਕੁਤੇ ਸਾਡਾ ਨੁਕਸਾਨ ਹੋਣਾ। ਇਸ ਵਾਸਤੇ ਹੁਣ ਜ਼ਿਆਦਾ ਗੱਲ ਨਹੀਂ ਕਰਨੀ, ਇੱਕ ਵਾਰ ਸਾਰੇ ਲੋਕੇ ਜਿੰਨੇ ਵੀ ਸਾਡੇ ਭਰਾ ਸਾਡੇ ਬਜ਼ੁਰਗ ਮਾਤਾ ਭੈਣਾਂ ਸਾਰੀਆਂ ਬੈਠੀ ਦੀਆਂ ਸਾਰੇ ਲੋਕੇ ਜਿੰਦੇ ਕੋਲ ਮੋਬਾਈਲ ਹੈ ਆਪਣਾ ਆਪਣਾ ਮੋਬਾਈਲ ਕੱਢੀ ਆਪਣੀ ਟਾਰਚ ਆਨ ਕਰਨੀ, ਕਿਉਂਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਕੁਛ ਐਸੇ ਸ਼ਰਾਰਤੀ ਲੋਕ ਜਿਨ੍ਹਾਂ ਅਨਿਆਏ ਕੀਤਾ ਉਹਨੇ ਇਹ ਰੋਸ਼ਨੀ ਦੇਣੀ ਕਿ 10 ਦਿਨ ਦੇ ਬਾਅਦ ਅਸੀਂ ਸਾਰੀ ਰੋਸ਼ਨੀ ਦੇ ਦੇਣੀ, ਪਾਰਟੀ ਕੀ ਵੀ ਰੋਸ਼ਨੀ ਦੇਣੀ, ਤੁਸੀਂ ਵੀ ਰੋਸ਼ਨੀ ਦੇਣੀ, ਵਿਕਾਸ ਦਾ ਰੱਥ ਐਸਾ ਚੱਲਣਾ ਕਿ ਮਾਨੋ ਪੂਰੇ ਜੰਮੂ ਕਸ਼ਮੀਰ ਦੇ ਅੰਦਰ ਇਤਿਹਾਸ ਬਣਨਾ। ਇਹ ਜਿਹੜਾ ਤੁਸੀਂ ਪਿਆਰ ਦੇ ਕਰਦੇ ਇਸ ਪਿਆਰ ਦੇ ਤੌਰ ਉੱਪਰ ਇਹ ਜਿਹੜਾ ਨਜ਼ਾਰਾ ਅੱਜ ਤੁਸੀਂ ਦੇਖੇ ਕਰਦੇ, ਸਾਰੇ ਲੋਕ ਆਪਣੇ ਆਪਣੀ ਮੋਬਾਈਲ ਦੀ ਟਾਰਚ ਆਨ ਕਰੋ, ਸਾਰੇ ਆਪਣੇ ਆਪਣੇ ਮੋਬਾਈਲ ਦੀ ਟਾਰਚ ਆਨ ਕਰੋ ਸਾਰੇ, ਇਹ ਰੋਸ਼ਨੀ ਅਸੀਂ ਉਹਨੇ ਦੱਸੀ ਦੇਣੀ ਹੈ। ਔਰ ਮੈਂ ਤੁਹਾਡੇ ਅੱਗੇ ਹੁਣ ਜੈਗੋਸ਼ ਲਗਾਉਣਾ, ਉਹਦਾ ਜੈਗੋਸ਼ ਦਾ ਉੱਤਰ ਤੁਸੀਂ ਪੂਰੀ ਮਜ਼ਬੂਤੀ ਕਰਨੇ ਦੇਣਾ, ਇੱਕ ਹੱਥ ਚ ਮੋਬਾਈਲ ਦੂਆ ਹੱਥ ਉੱਪਰ ਕਰਨਾ, ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਭਾਰਤ ਕੀ ਜਨਤਾ ਜ਼ਿੰਦਾਬਾਦ। ਹਾਲੇ ਵੀ ਕਈ ਹੈ ਮੋਬਾਈਲ ਹੈ ਲੇਕਿਨ ਟਾਰਚ